हाँ जी भाई, सत श्री अकाल मड़ो बल ओए रुक जा रहा ओ भाई ओए भाई 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 मैं वीडियो स्टार्ट की सी ओदे भइयो तुसी साडे पिछे पै गए ते मैनू भाई जहाज ओए हाय 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 इनू कहंदे मुंडो वीडियो दी पूरे वधिया तरीके नाल शुरुआत होनी। की हाल चाल है? सेट हो? रुक जाओ दो मिनट, रुक जाओ भाई रुक जाओ। मैनू ना पहला अपने ट्रैक्टर नू बाहर काट लैन दो, ते तुहानू पता ही है मैं कित्थे फिरदा, मैनू दसण दी लोड़ ना पवे किनू किनू पता कित्थे फिरदे आपां। एक वारी लिखो कमेंट च जरूर नाड़गेर नू भाई इत्थे काट लैने आपां। ते ओए होए होए पूरा लिबड़ गया एक हिसाब दा। ते ओके ओए होए नहीं रीसा। हेलो भाई, सत श्री अकाल, नमस्कार ते अस्सलाम वालेकुम। तुसीं देख रहे हो ब्रा टीवी ते लिया दी भाई एक होर नवी वीडियो नवा एपीसोड। ते जिदा तुसीं देख सकदे आ भाई आपां फिरदे आ, ओए आ की हो गया, आपां फिरदे आ भाई फ्रेंकली जट दे खेत विच। ते फ्रेंकली जट अपना भाई गया गया अपने शहर, उन्हूं याद आउंदी पई सी अपनी सहेली दी, ते उह चला गया दो तीन दिन की छुट्टी लैके अपने खेत अपने मतलब शहर। ते फिलहाल आपां इत्थे काम जा करन आए सी ते अपने पिछे भइया पै गया सी, चलो उन्हूं आपां भजाता। ते भाई हुणे हुणे मैनू फ्रेंकली जट दा फोन आया। फ्रेंकली जट कहिंदा भाई पिंड च सरपंच आ चुका, पिंड च सरपंच आ चुका मुंडे जिहदे कोल आपां तुहानूं याद आ जिहदे आपां कहा सी तुहानूं कि आपां नवें ट्रैक्टर टोचन मुकाबला होना, ते जिहड़ा टोचन मुकाबला जित गया ते फिर उहनूं उत्थे ओह ट्रैक्टर गिफ्ट करूगा एक नवां। ते हाँ जी भाई, ते गल बिल्कुल सही सुनी आ तुसीं। ते भाई ओह सरपंच पिंड दा आ चुका गा, ते हुण आपां सब तों पहलां जाणांगा पिंड विच। तुहानूं सब तों पहलां ओह बंदे सरपंच नाल मिलाउने आ, की कहिंदा ओह सरपंच मतलब टोचन मुकाबले बारे, किहड़े ट्रैक्टर मतलब की हिसाब किताब आ ना उत्थे जाके पता लगू। पर अपने फ्रेंकली जट ने भाई अपने कहता सी कि वह सरपंच आ चुका, तू जाके मिल सकदा, दो घंटे का टाइम आ तेरे को, दो घंटे तो पहला पहला भाई आप जाना गा सरपंच को, मैं निशान ला लें तो तू सरपंच अपने कोल ही आ पिंड का सरपंच तू दिखाने। फ्रेंकली जट ने भाई 10 मिस कॉल मारियां सी आपां दा, क्योंकि उत्थे खेत काम करी जांदे सी ना। फ्रेंकली जट कहिंदा मिस ना कर दी, तू जाके मिल के आ, ते वह जिदा कहूगा फिर उदा कर ली। बाकी देखदे आ भाई ਕਿਹੜਾ ਹੈਗਾ ਪਿੰਡ ਦਾ ਸਰਪੰਚ ਜਾਂ ਕੀ ਕਹਿੰਦਾ ਉਹ, ਕਿਹੜੇ ਮਤਲਬ ਟੋਚਨ ਮੁਕਾਬਲਾ ਕਰਨਾ ਵੀ ਆ ਤਾਂ ਇੱਦਾਂ ਹੀ ਬਾਈ, ਜਾਂ ਕੋਈ ਕੰਮ ਆ ਉਹਨੂੰ ਆਪਣੇ ਵੇਲੇ, ਚਲੋ ਇਹ ਤਾਂ ਉੱਥੇ ਜਾ ਕੇ ਪਤਾ ਲੱਗੂਗਾ। ਪਰ ਫਿਲਹਾਲ ਆਪਾਂ ਪਹੁੰਚਣ ਵਾਲੇ ਹਾਂ ਬਾਈ ਖੇਤ ਵਿੱਚ ਆਪਣੇ, ਕੀ ਕਹਿੰਦੇ ਹੁੰਦੇ ਆ ਪਿੰਡ ਵਿੱਚ। ਇਹ ਪਿੰਡ ਵੀ ਦੇਖਿਓ ਬਾਈ ਤੁਸੀਂ, ਇਹ ਪਿੰਡ ਇੱਦਾਂ ਨਹੀਂ ਮਤਲਬ, ਆਹ ਦੇਖੋ ਆਹ ਕੀ ਹੋਇਆ ਪਿਆ ਇੱਥੇ, ਬੱਲੇ ਬੱਲੇ ਬੱਲੇ, ਮਤਲਬ ਮੈਂ ਸੁਣਿਆ ਬਾਈ ਇਹ ਪਿੰਡ ਜਿਹੜਾ ਹੈਗਾ ਬਾਈ ਇੰਡੀਆ ਤੋਂ ਇਹਨੇ ਸਾਰਾ ਕੁਛ ਲਿਆਂਦਾ ਹੈਗਾ। ਤੁਹਾਨੂੰ ਹੌਲੀ ਹੌਲੀ ਦਿਖਾਉਣਾ, ਆਪਾਂ ਪਿੰਡ ਪਹੁੰਚ ਹੀ ਚੁੱਕੇ ਹਾਂ। ਆਹ ਦੇਖੋ ਬੱਲੇ 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 ਨਹੀਂ ਰੀਸਾ, ਅਤੇ ਆ ਹਾ 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 ਪਤਾ ਲੱਗ ਹੀ ਗਿਆ ਬਾਈ ਤੁਹਾਨੂੰ, ਹੈ ਨਾ ਮੈਂ ਕੀ ਗੱਲ ਕਰਦਾ ਕੀ ਨਹੀਂ। ਆਹ ਦੇਖੋ ਤੁਸੀਂ ਇੱਕ ਵਾਰੀ ਕਿਹੜਾ ਦੇਖ ਹੀ ਚੱਲੋ ਇੱਥੇ ਕੀ ਬਣਦਾ। ਆਏ ਹਾਏ ਹਾਏ ਆਏ ਹਾਏ, ਲਓ ਬਾਈ ਆਪਾਂ ਪਹੁੰਚ ਚੁੱਕੇ ਹਾਂ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਨਾ ਪਿੰਡ ਦਿਖਾਇਆ ਜਾਵੇ ਬਾਈ, ਆ ਜਿਹੜਾ ਪਿੰਡ ਆ ਆਪਣਾ, ਪਿੰਡ ਆਪਣੇ ਸਰਪੰਚ ਦਾ ਕਹਿ ਸਕਦੇ ਹਾਂ। ਅਤੇ ਆਹ ਇਹਦੀ ਬਾਈ ਰੇਹੜੀ ਖੜ੍ਹੀ ਆ ਇੱਥੇ, ਅਤੇ ਆਹ ਦੂਜੀ ਵਾਲਾ ਮੋਟਰਸਾਈਕਲ ਵੀ ਖੜ੍ਹਾ ਇਹਦੇ ਕੋਲ, ਬੱਲੇ 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 ਨਹੀਂ ਰੀਸਾ। ਅਤੇ ਆਹ ਕੁੱਕੜੀਆਂ ਵੀ ਫਿਰਦੇ ਆ ਇੱਥੇ, ਬਾਈ ਦਾ ਜਹਾਜ਼ ਵੀ ਆ, ਅਤੇ ਆਹ ਗਾਂ ਵੀ ਆ, ਅਤੇ ਗੱਡੀ ਕਿਹੜੀ ਇਹਦੇ ਕੋਲ, ਅਤੇ ਆਹ ਹੁੱਕਾ ਪਿਆ ਅਤੇ ਮੰਜੇ ਪਏ ਬਾਈ। ਦੇਖੋ ਤੁਸੀਂ ਪੂਰਾ ਮਤਲਬ ਇੰਡੀਆ ਵਾਲਾ ਮਾਹੌਲ ਆ, ਇੰਡੀਅਨ ਪਿੰਡ ਬਾਈ ਜਿਹਨੂੰ ਆਪਾਂ ਕਹਿ ਸਕਦੇ ਹਾਂ, ਆਪਣੇ ਪੰਜਾਬ ਦਾ ਇੱਕ ਪਿੰਡ ਹੀ ਕਹਿ ਸਕਦੇ ਹਾਂ। ਵੇਖੋ ਪਾਥੀਆਂ ਆਪਣੇ ਉਹਦੇ ਉੱਤੇ ਪਈਆਂ, ਅਤੇ ਆਪਾਂ ਜੇ ਇੱਧਰ ਨੂੰ ਜਾਂਦੇ ਹਾਂ ਬਾਈ, ਆਹ ਖੜ੍ਹੇ ਮੈਨੂੰ ਲੱਗਦਾ ਬੰਦੇ, ਪਰ ਇਹਨਾਂ ਕੋਲ ਗੱਡੀ ਕਿਹੜੀ ਹੋਏ, ਆਹ ਗੱਡੀ ਕਿਹੜੀ ਆ ਬਾਈ, ਓ ਹੋ ਹੋ ਫੋਰਚੂਨਰ ਬਾਈ, ਉਹ ਤੁਹਾਡਾ ਜਲਵਾਏ ਤਾਂ ਪੂਰੀ ਮੋਡੀਫਾਈ ਕੀਤੀ ਆ। ਬੰਦਾ ਕਿੱਥੇ ਆਪਣਾ ਸਰਪੰਚ, ਉਹਨੂੰ ਮਿਲਦੇ ਆ। ਆਹ ਖੜਾ ਬਾਈ ਬੱਲੇ 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 ਨਹੀਂ ਰੀਸਾ, ਆਹ ਖੜਾ ਚੀਨੀ ਜੱਟ ਨਿਕਲਿਆ ਬਾਈ ਇਹ ਤਾਂ, ਬੱਲੇ ਬੱਲੇ ਬੱਲੇ। ਚਲੋ ਇਹ ਤਾਂ ਪੁੱਛਦੇ ਹਾਂ ਕੀ ਕਹਿੰਦਾ, ਅਤੇ ਫਿਰ ਇਹ ਜੋ ਮੈਨੂੰ ਕਹੂਗਾ ਬਾਈ ਆਪਣੇ ਨੂੰ ਕਰਨਾ ਪੈਣਾ। ਅਤੇ ਇਹਦੀ ਗੱਡੀ ਦੇਖੋ ਯਾਰ ਬਾਈ ਦੀ ਸਿਰਾ ਬਾਈ, ਯਾਰ ਕੰਮ ਪੂਰਾ ਇੱਥੇ ਤਾਂ, ਪਾਥੀਆਂ ਪੂਥੀਆਂ ਗਾਵਾਂ ਗੂਵਾਂ ਉਹ ਤਾਂ ਪਾਥੀਆਂ ਵੀ ਪਈਆਂ। ਵੈਰੀ ਗੁੱਡ, ਚਲੋ ਇਹਦੇ ਨਾਲ ਕਰਦੇ ਹਾਂ ਗੱਲ, ਦੇਖਦੇ ਹਾਂ ਕੀ ਕਹਿੰਦਾ ਬਾਈ। ਅਤੇ ਲਓ ਬਾਈ ਇਹਦੀ ਗੱਲ ਹੋ ਚੁੱਕੀ ਹੈ ਇਹਦੇ ਨਾਲ ਆਪਣੀ, ਇਹ ਕਹਿੰਦਾ ਤੈਨੂੰ ਗਲਤ ਸੁਣ ਗਿਆ, ਇੱਥੇ ਕੋਈ ਟੋਚਨ ਮੁਕਾਬਲਾ ਨਹੀਂ ਹੋਣਾ। ਉੱਦਾਂ ਇਹਨੇ ਬਾਈ ਦੋ ਟਰੈਕਟਰ ਮੰਗਾਏ ਆਗੇ ਇੰਡੀਆ ਤੋਂ, ਅਤੇ ਉਹ ਕਹਿੰਦਾ ਜੇ ਤੂੰ ਲੈ ਕੇ ਆ ਸਕਦਾ ਤਾਂ ਸਹੀ ਹੈ, ਨਹੀਂ ਤਾਂ ਕਿਸੇ ਹੋਰ ਨੂੰ ਮੰਗਾ ਲਾਂਗੇ। ਮਤਲਬ ਨਾਲੇ ਬਾਈ ਆਪਣਾ ਕੀ, ਆਪਾਂ ਵਿਹਲੇ ਤਾਂ ਹੈਗੇ ਇੱਥੇ ਡਰਾਈਵਰ ਜੱਟ ਨਾਲ, ਕਿਉਂ ਨਾ ਆਪਾਂ ਇੱਦਾਂ ਕਰੀਏ, ਆਪਾਂ ਜਾਂਦੇ ਹਾਂ ਬਾਈ ਆਪਣਾ ਇੱਥੇ ਨਾੜਗੇਰਾ ਲਾ ਕੇ ਇਹਦਾ ਜਹਾਜ਼ ਲੈ ਕੇ ਜਾ ਸਕਦੇ ਹਾਂ ਆਪਾਂ, ਕਿਉਂਕਿ ਥੋੜ੍ਹਾ ਜਿਹਾ ਦੂਰ ਜਾਣਾ। ਇਹ ਕਹਿੰਦਾ ਬਾਈ ਸਮੁੰਦਰ ਦੇ ਕਿਨਾਰੇ ਉਹੀ ਸ਼ਿਪ, ਜਿਹੜੇ ਸ਼ਿਪ ਰਾਹੀਂ ਆਪਾਂ ਲੈ ਕੇ ਆਉਂਦੇ ਹਾਂ ਬਾਈ, ਉਹ ਸ਼ਿਪ ਰਾਹੀਂ ਇਹਦੇ ਟਰੈਕਟਰ ਇੱਥੇ ਇਹਨੂੰ ਡਿਲੀਵਰੀ ਕਰਨੀ ਹੈਗੀ। ਅਤੇ ਹੁਣ ਆਪਾਂ ਇੰਨੀ ਦੂਰ ਆਏ ਹਾਂ ਬਾਈ ਪਤਾ ਕਰਨ, ਬਾਕੀ ਕੀ ਪਤਾ ਬਾਅਦ 'ਚੋਂ ਟੋਚਨ ਮੁਕਾਬਲੇ ਕਰਾ ਲਵੇ, ਬਾਕੀ ਕੋਈ ਪਤਾ ਨਹੀਂ। ਫਿਲਹਾਲ ਆਪਾਂ ਬਾਈ ਨਾੜਗੇਰਾ ਆਪਣਾ ਇੱਥੇ ਲਾ ਕੇ ਇਹਦੇ ਜਿਹੜੇ ਨਵੇਂ ਟਰੈਕਟਰ ਆਏ ਆ ਜਾਂ ਟਰੈਕਟਰ ਆਇਆ ਜੋ ਵੀ ਆ ਉਹ ਉੱਥੇ ਜਾ ਕੇ ਪਤਾ ਲੱਗੂਗਾ। ਫਿਲਹਾਲ ਆਪਾਂ ਆਪਣੇ ਨਾੜਗੇਰੇ ਨੂੰ ਇੱਥੇ ਲਾ ਕੇ ਬਾਈ, ਅਤੇ ਆਪਾਂ ਭਰਦੇ ਹਾਂ ਉਡਾਣ, ਕਿਉਂਕਿ ਥੋੜ੍ਹਾ ਜਿਹਾ ਦੂਰ ਆ ਬਾਈ ਉਹ ਕੰਮ। ਪਰ
मुंडे आ दसो तुसी आ देखो तुसी इत्थे माड़ा हिसाब किताब की आ आ देखो हैलीकॉप्टर की करी जांदा इत्थे बल्ले आ जहाज देखो ए इत्थे की करी जांदे इन्हें की चकना इत्थे ओहो हो 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 आ टुटिया जहाज आ ते किहदी वेट करदा पिया इत्थे मामा हीर दा पता नहीं बई ते आ पानी वाली टैंकी है जिदा पूरा पिंडा विच हुंदा नहीं माहौल बई उही हाल कीते पए इत्थे बाकी आपां टाइम खराब नहीं करना आ की आया नूं देख लईए एक वारी आ बेचारी हरन मरी पई है बल्ले 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 नहीं रीसा ते लो बई आपां जाने आ ते आ बाई दी फॉर्चूनर देखो ए मेरा तां दिल करदा बई भजा के लै जां इत्थे पर शिकारी भी इहदा फ्रेंड निकलिया बई ओ देखो अपना शिकारी खड़ा आ देखो शिकारी दी अक अख काणी आ ये हाकी का बहुत वड्डा प्लेयर है ते बई मैनू ना स्कूटर जे पासे करके ते अपना मुर्गियों पासे हट जाओ थल्ले ना आ जाओ फिर कहूँगी ते आपां जाना बई हुण जहाज ते क्योंकि थोड़ा जिहा दूर आ जिथे आपां जाणा गा उत्थों बई दा लैके आउंदे आ ट्रैक्टर इहनूं डिलीवरी करदे आ ते फिर की पता है बई अपणे नूं गिफ्ट गुफ्ट कर दे बाकी देखदे आ की बणदा ते लो बई जहाज आपां बाहर कढ लिया ते हुण पौने आ चल आपां तुहानूं दसदे आ बई ने कहा मैनू लगता सी बई कि इहनू अपना जिदा जिथों आपां जहाज मंगाने हुंने आ जां आपां नहीं जहाज नहीं मैनू जहाज कह जिथों बई आपां अपने ट्रैक्टर मंगाने हुंने आ दूजा मतलब की कहिंदे हुंदे आ उहनू अपना दूजा शैप राही पर इहने बई आ बंदे ने बई जिहड़े भी अपना जहाज मंगाया मैं सोचिया सी इधर मतलब कोई नदी नुदी च मंगाया होना पर इहने कहा बई तैनू सिटी जाना पैना मतलब हुण तुसीं आपे हिसाब ला लो बई सिटी दे कोल उत्थे ਵੱਡਾ ਜਿਹੜਾ ਸ਼ੈਪਾ ਦਾ ਏਰੀਆ ਹੈਗਾ ਜਿੱਥੇ ਵੱਡੇ ਵੱਡੇ ਕੰਟੇਨਰ ਆ ਜਿੱਥੇ ਵੱਡੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਬਾਈ ਅਤੇ ਉੱਥੇ ਜਾ ਕੇ ਆਪਣਾ ਨੂੰ ਲੈ ਕੇ ਆਉਣਾ ਪੈਣਾ ਬਾਈ ਆਪਣਾ ਇਹਦਾ ਟਰੈਕਟਰ ਅਤੇ ਬਾਕੀ ਯਾਰ ਹੁਣ ਆਪਾਂ ਕੰਮ ਫੜਿਆ ਬਾਈ ਲਿਆ ਕੇ ਤਾਂ ਦੇਣਾ ਹੀ ਪੈਣਾ ਅਤੇ ਬਾਕੀ ਆਪਣੇ ਲਈ ਵੀ ਨਵੀਂ ਚੀਜ਼ ਹੋਊਗੀ ਕੋਈ ਕੀ ਓਏ ਹੋਏ ਥੱਲੇ ਜੇਲ੍ਹ ਸੀ ਬਾਈ ਅਤੇ ਪੁਲਿਸ ਵਾਲਿਆਂ ਦੇ ਨਾਲ ਹੀ ਸਪੀਕਰ ਵੱਜ ਕੇ ਕਹਿੰਦੇ ਪਾਸੇ ਲੈ ਜਾਓ ਇੱਥੋਂ ਅਤੇ ਹੁਣ ਮੈਂ ਕੀ ਕਹਿੰਦਾ ਸੀ ਕਿ ਆਪਾਂ ਬਾਈ ਕੰਮ ਫੜਿਆ ਹੁਣ ਕੰਮ ਸਿਰੇ ਤਾਂ ਲਾਉਣਾ ਹੀ ਪੈਣਾ ਅਤੇ ਨਾਲੇ ਆਪਣੇ ਲਈ ਵੀ ਨਵੀਂ ਚੀਜ਼ ਆ ਹੁਣ ਇਹ ਉੱਥੇ ਜਾ ਕੇ ਪਤਾ ਲੱਗੂਗਾ ਬਈ ਕਿਹੜਾ ਟਰੈਕਟਰ ਆ ਕਿਹੜਾ ਨਹੀਂ ਅਤੇ ਹੁਣ ਆਪਾਂ ਸਿਟੀ ਵਿੱਚ ਤਾਂ ਕੋਲ 'ਚ ਆ ਗਏ ਆ ਇੰਨਾ ਟਾਈਮ ਆਪਾਂ ਨਹੀਂ ਖਰਾਬ ਕੀਤਾ ਆਹ ਦੇਖੋ ਤੁਸੀਂ ਪਰ ਉੱਥੇ ਦੇਖਦੇ ਹਾਂ ਆਪਾਂ ਟਰੈਕਟਰ ਨੂੰ ਕਿੱਦਾਂ ਲੈ ਕੇ ਆਉਣਾ ਜਾਂ ਕੀ ਚੱਕਰ ਆਗਾ ਇਹ ਉੱਥੇ ਜਾ ਕੇ ਪਤਾ ਲੱਗੂਗਾ ਬਈ ਪਰ ਫਿਲਹਾਲ ਆਹ ਦੇਖੋ ਤੁਸੀਂ ਆਹ ਡੈਮ ਉਹ ਬਾਈ ਇੱਥੇ ਵੀ ਮੇਰਾ ਛੁੱਟੀਆਂ ਕੱਟਣ ਨੂੰ ਦਿਲ ਕਰਦਾ ਇੱਧਰ ਦੇਖੋ ਤੁਸੀਂ ਪੂਰਾ ਨੀਵਾਂ ਕਰਕੇ ਦਿਖਾਉਂਦੇ ਹਾਂ ਤੁਹਾਨੂੰ ਓਏ ਹੋਏ ਹੋਏ ਨਹੀਂ ਰੀਸਾਂ ਬਾਈ ਨਹੀਂ ਰੀਸਾਂ ਲਓ ਇਹਨੂੰ ਕਹਿੰਦੇ ਆ ਭਾਖੜਾ ਡੈਮ ਆਹ ਦੇਖੋ ਤੁਸੀਂ ਪਤਾ ਨਹੀਂ ਕਿੱਦਣ ਇਹਦਾ ਪਾਣੀ ਪੂਣੀ ਇੱਥੋਂ ਟੁੱਟ ਜਾਣਾ ਸਮਝ ਨਹੀਂ ਲੱਗੀ ਓਹ ਬਚ ਗਏ ਬਚ ਗਏ ਬਚ ਗਏ ਬਾਈ ਪਹੁੰਚਣ ਵਾਲੇ ਆ ਮੁੰਡੇ ਆਪਾਂ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਕੀ ਬਣਦਾ ਬਈ ਸ਼ਹਿਰ ਵਿੱਚ ਤਾਂ ਜਿੱਦਾਂ ਤੁਸੀਂ ਦੇਖ ਸਕਦੇ ਹਾਂ ਮੌਸਮ ਪੂਰਾ ਆਤਾ ਪਰ ਆਪਣੇ ਪਿੰਡ ਮੈਨੂੰ ਲੱਗਦਾ ਪਹਿਲਾਂ ਮੀਂਹ ਪੈ ਕੇ ਹਟਿਆ ਸੀ ਠੰਡਾ ਜਿਹਾ ਮੌਸਮ ਸੀਗਾ ਪਰ ਆਪਾਂ ਬਈ ਪਹੁੰਚਣ ਵਾਲੇ ਹਾਂ ਆਹ ਦੇਖੋ ਤੁਸੀਂ ਆ ਚੁੱਕੇ ਹਾਂ ਆਪਾਂ ਤੁਹਾਨੂੰ ਯਾਦ ਹੀ ਹੋਣਾ ਇੱਥੋਂ ਆਪਾਂ ਜੌਨ ਡੀਅਰ ਲੈ ਕੇ ਗਏ ਸੀ ਘਰਾਂ ਵੱਡੇ ਜਿਹਨੂੰ ਜਿਹਨੂੰ ਯਾਦ ਆ ਮੈਨੂੰ ਦੱਸੇ ਮੇਰਾ ਬਾਈ ਏਰੀਆ ਤਾਂ ਇਹੀ ਲੱਗਦਾ ਪਰ ਆਪਾਂ ਜਹਾਜ਼ ਨੂੰ ਕਿੱਥੇ ਤਾਰਾਂਗੇ ਬਾਈ ਇਹੀ ਆ ਏਰੀਆ ਤਾਂ ਇਹੀ ਆ ਮੁੰਡੇ ਉਹ ਆਹ ਦੇਖੋ ਵੱਡੇ ਵੱਡੇ ਸ਼ਿਪ ਖੜ੍ਹੇ ਇੱਥੇ ਅਤੇ ਆਪਾਂ ਮੇਨ ਆਪਣਾ ਚੱਕਰ ਇਹ ਆਪਾਂ ਜਹਾਜ਼ ਨੂੰ ਕਿੱਥੇ ਤਾਰ ਗਏ ਹੁਣ ਜਹਾਜ਼ ਨੂੰ ਕਿੱਥੇ ਤਾਰਨਾ ਬਾਈ ਜਹਾਜ਼ ਨੂੰ ਕਿੱਥੇ ਤਾਰਨਾ ਵੇ ਜਹਾਜ਼ ਨੂੰ ਕਿੱਥੇ ਤਾਰ ਗਏ ਆਪਾਂ ਆਹ ਸੜਕ ਸਹੀ ਲੱਗਦੀ ਆ ਵੈਸੇ ਉਤਰ ਜਾਏ ਓਏ ਹੋਏ 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 ਓਏ ਹੋਏ 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 ਸ਼ਾਬਾਸ਼ ਚਲੋ ਆਪਣਾ ਕੰਮ ਤਾਂ ਬਾਈ ਹੋਇਆ ਡਨ ਪਰ ਸ਼ੁਕਰ ਕਰੋ ਅੱਗ ਉੱਗਣੀ ਲੱਗੀ ਇੱਥੇ ਉਹ ਬੱਲੇ ਪ੍ਰਧਾਨ ਆ ਮੈਂ ਕੀ ਦੇਖ ਲਿਆ ਆਹ ਦੇਖੋ ਬਾਈ ਇੱਥੇ ਤਾਂ ਆਪਣਾ ਪੂਰਾ ਇੰਡੀਅਨ ਜਗਾੜਮੈਂਟ ਫੜਦਾ ਉਤਰ ਸਾਡੇ ਹੁੰਦੇ ਆ ਤੂੰ ਸਾਡਾ ਟਰੱਕ ਚਲਾਵੇਂ ਇੱਦਾਂ ਹੋ ਸਕਦਾ ਬੱਲੇ 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 ਇਹ ਤਾਂ ਆਪਣਾ ਇੰਡੀਅਨ ਟਰੱਕ ਨਿਕਲਿਆ ਬਾਈ ਸ਼ਾਬਾਸ਼ ਚਲੋ ਵਿਚਾਰਾ ਪਿੱਛੇ ਰਹਿ ਗਿਆ ਬਈ ਇੱਥੇ ਆਉਣਾ ਉਹ ਟਰੱਕ ਨੇ ਇੱਥੇ ਆਉਣਾ ਮੈਨੂੰ ਲੱਗਦਾ ਉਹ ਸ਼ੈਪ ਤਾਂ ਇਹੀ ਆ ਬਈ ਸ਼ੈਪ ਤਾਂ ਇਹੀ ਆ ਸ਼ੈਪ ਤਾਂ ਇਹੀ ਆ ਇਹੀ ਇਹੀ ਐਂਬੂਲੈਂਸ ਕਿੱਧਰ ਆ ਗਈ ਸ਼ੈਪ ਤਾਂ ਮੈਨੂੰ ਇਹੀ ਲੱਗਦਾ ਬਈ ਵੱਡਾ ਸ਼ੈਪ ਆਪਣਾ ਟਰੱਕ ਨੂੰ ਇੱਥੇ ਲਾ ਦਿੰਦੇ ਹਾਂ ਅਤੇ ਮੈਂ ਦੇਖਦਾ ਬਈ ਇੱਥੇ ਮਾਰ ਕੇ ਨੀਗਾ ਕੀ ਪਤਾ ਇੱਥੇ ਖੜ੍ਹਾ ਹੋਣਾ ਚਾਹੀਦਾ ਕਿਉਂਕਿ ਸ਼ੈਪ ਤਾਂ ਇਹੀ ਆ ਬਈ ਸ਼ੈਪ ਤਾਂ ਬਾਈ ਆਪਣਾ ਕਹਿੰਦਾ ਸੀ ਇਹੀ ਆ ਸ਼ੈਪ ਤਾਂ ਆਪਣਾ ਉਹ ਸਰਪੰਚ ਬੰਦਾ ਕਹਿੰਦਾ ਸੀ ਇਹੀ ਆ ਚਲੋ ਇਹਨਾਂ ਤੋਂ ਪੁੱਛਦੇ ਹਾਂ ਲਓ ਬਈ ਇਹਨਾਂ ਤੋਂ ਪੁੱਛ ਲਿਆ ਕਹਿੰਦੇ ਤੇਰਾ ਟਰੈਕਟਰ ਜਿਹੜਾ ਆਇਆ ਸੀਗਾ ਨਵਾਂ ਬਾਈ ਉਹ ਪਰਲੇ ਪਾਸੇ ਲਾਤਾ ਸੀ ਅਤੇ ਉੱਥੋਂ ਲੈ ਜਾ ਤੂੰ ਬੱਲੇ ਬੱਲੇ ਅਤੇ ਆ ਜਾਓ ਬਾਈ ਹੁਣ ਚੱਕਦੇ ਹਾਂ ਆਪਾਂ ਆਪਣਾ ਟਰੈਕਟਰ ਅਤੇ ਦੇਖਦੇ ਹਾਂ ਕੀ ਬਣਦਾ ਬਾਈ ਆ ਜਾਓ ਫਿਰ ਲਓ ਬਾਈ ਆਪਾਂ ਪਹੁੰਚ ਚੁੱਕੇ ਹਾਂ ਆਪਣੇ
ਬਾਈ ਨੇ ਇੱਧਰ ਭੇਜਤਾ ਸੀ ਕਹਿੰਦਾ ਇੱਥੇ ਹੀ ਖੜਾ ਬਾਈ ਇਹ ਤੋਂ ਪੁੱਛ ਲੈਂਦੇ ਹਾਂ ਇੱਥੇ ਹੀ ਆ ਬਾਈ ਇੱਥੇ ਹੀ ਆ ਲੱਗਦਾ ਉਹ ਤੁਹਾਡਾ ਜਲਵਾ ਮੁੰਡੇ ਤੁਹਾਡਾ ਜਲਵਾ ਆ ਕਿਹੜਾ ਟਰੈਕਟਰ ਭਲਾਉਂਦੀ ਬਾਈ ਦੱਸੋ ਕਿਨੂੰ ਮੈਨੂੰ ਮਾੜਾ ਕੇ ਰੰਗ ਬਾਈ ਆ ਦੱਸੋ ਬਾਈ ਓਏ ਕਿਹੜੀ ਕੰਪਨੀ ਦਾ ਟਰੈਕਟਰ ਮੁੰਡੇ ਆ ਦੱਸੋ ਓਏ ਕਿਹੜਾ ਟਰੈਕਟਰ ਆ ਮਹਿੰਦਰਾ ਵਾਲਿਆਂ ਦਾ ਅਤੇ ਜਿਹੜੇ ਬਾਈ ਕਮੈਂਟ ਕਰਦੇ ਹੁੰਦੇ ਸੀ ਬਾਈ ਮਹਿੰਦਰਾ ਟਰੈਕਟਰ ਲੈ ਕੇ ਆਓ ਅਰਜਨ ਲੈ ਕੇ ਆਓ ਆਹ ਦੇਖੋ ਬਾਈ ਆ ਗਿਆ ਨਾ ਅਰਜਨ ਓਏ ਨਹੀਂ ਰੀ ਸਾਂ ਏ ਸਿਰਾ 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 ਅਤੇ ਮੈਨੂੰ ਹੁਣ ਇਹ ਨਹੀਂ ਸਮਝ ਲੱਗਦੀ ਇਹਨੂੰ ਉੱਪਰ ਚੜ੍ਹਾਈਏ ਅਤੇ ਇਹਨਾਂ ਨੇ ਇੱਦਾਂ ਕਾ ਤੋਂ ਖੜਾ ਕੀਤਾ ਇੱਥੇ ਰੁਕ ਜਾਓ ਬਾਈ ਅਤੇ ਉਹ ਟਰੱਕ ਵੀ ਸਿਰਾ ਮੁੰਡੇ ਆ ਟਰੱਕ ਦੇਖੋ ਤੁਸੀਂ ਸਪੈਸ਼ਲ ਟਰੱਕ ਆ ਪਰ ਮੇਰਾ ਦਿਲ ਕਰਦਾ ਬਾਈ ਟਰੈਕਟਰ ਚਲਾਉਣ ਨੂੰ ਐਵੇਂ ਤੁਹਾਨੂੰ ਕਹਿਦਾ ਪਰ ਆਹ ਕੀ ਹੋਏ ਉਹ ਤੁਹਾਡੀ ਰੂ ਇਹ ਕਿੱਦਾਂ ਧੂੰਆਂ ਛੱਡਦਾ ਇੰਨਾ ਇਹ ਕੀ ਹੋਇਆ ਪਿਆ ਰੋਜ਼ ਮੁੰਡੇ ਓਏ ਹੋ 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 ਸਾਡਾ ਬਾਈ ਮੈਂ ਤਾਂ ਇੱਦਾਂ ਕਰਦਾ ਬਾਈ ਆਪਣਾ ਟਰੱਕ ਤਾਂ ਮੈਨੂੰ ਲੱਗਦਾ ਫਸ ਫੁਸ ਗਿਆ ਅਤੇ ਓਏ ਹੋਏ ਹੋ 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 ਬਾਈ ਸਿਰਾ ਓਏ ਅਤੇ ਆਪਾਂ ਜਾਂਦੇ ਹਾਂ ਹੁਣ ਟਰੈਕਟਰ ਪਿੱਛੇ ਨਾ ਲੱਗ ਜੇ ਆਪਣਾ ਕਿਉਂਕਿ ਨਵਾਂ ਟਰੈਕਟਰ ਮੁੰਡੇ ਓ ਹੋ ਹੋ ਓ ਪੀ ਬਾਈ ਓ ਪੀ ਓ ਬਾਈ ਓਏ ਸਿਰਾ ਕਰਾਤਾ ਬਾਈ ਸਿਰਾ ਅਤੇ ਆਹ ਦੇਖੋ ਫਰਾਰੀ ਨੇ ਵੀ ਨਾਲ ਹੀ ਆਉਣਾ ਸੀ ਪਰ ਉੱਤਰ ਕੇ ਤੁਹਾਨੂੰ ਇੱਕ ਵਾਰੀ ਫਿਰ ਆਪਾਂ ਟਰੈਕਟਰ ਦਿਖਾ ਦਈਏ ਮੁੰਡੇ ਆਹ ਦੇਖੋ ਤੁਸੀਂ ਉਹ ਤੂੰ ਲੰਘ ਜਾਏ ਵੈਰੀ ਗੁੱਡ ਬਾਈ ਆਹ ਵੀ ਆਪਣੀ ਡਿਲੀਵਰੀ ਲੈ ਕੇ ਗਏ ਪਰ ਆਹ ਟਰੈਕਟਰ ਨੇ ਤਾਂ ਬਾਈ ਅੱਗ ਹੀ ਲਾਤੀ ਮੈਂ ਕਿਹਾ ਅਤੇ ਇਹਨੂੰ ਆਪਾਂ ਹੁਣ ਜਲਦੀ ਜਲਦੀ ਉਹਦੇ ਉੱਥੇ ਛੱਡਣਾ ਯਾਰ ਪਰ ਮੇਰਾ ਦਿਲ ਕਰਦਾ ਸੀ ਬਾਈ ਆਪਾਂ ਲੈ ਕੇ ਭੱਜੀਏ ਪਰ ਉਹ ਵੱਡਾ ਬੰਦਾ ਯਾਰ ਸਰਪੰਚ ਆ ਪਿੰਡ ਦਾ ਜੇ ਆਪਾਂ ਭੱਜ ਵੀ ਗਏ ਆਹ ਟਰੈਕਟਰ ਲੈ ਕੇ ਤਾਂ ਉਹਨੇ ਫੜ ਹੀ ਲੈਣਾ ਆਪਣਾ ਨੂੰ ਪਰ ਦੇਖੋ ਤਾਂ ਸਹੀ ਤੁਸੀਂ ਓ ਪੀ ਟਰੈਕਟਰ ਬਾਈ ਲਓ ਬਾਈ ਹੁਣ ਜਾਂਦੇ ਹਾਂ ਫਿਰ ਆਪਾਂ ਅਤੇ ਕਰਦੇ ਹਾਂ ਦੀ ਸਪੀਡ ਸਪਾਟ ਚੈੱਕ ਦੇਖਦੇ ਹਾਂ ਕਿੰਨਾ ਕੁ ਭੱਜਦਾ ਹੈ ਕਹਿੰਦੇ ਅਰਜਨ ਵਾਲਿਆਂ ਦਾ ਬਾਈ ਅਰਜਨ ਵਾਲਿਆਂ ਦਾ ਓਏ ਹੋ ਹੋ ਬੱਲੇ 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 ਘੁੰਮਦਾ ਵੀ ਆ ਕਿ ਨਹੀਂ ਜਿੱਦਾਂ ਆਪਣਾ ਰਾਹ ਵਗੈਰਾ ਘੁੰਮਿਆ ਸੀ ਘੁੰਮਦਾ ਬਾਈ ਬੱਲੇ 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 ਸਿਰਾ ਬਾਈ ਸਿਰਾ ਨਹੀਂ ਰੀਸਾ ਮੁੰਡੇ ਨਹੀਂ ਰੀਸਾ ਗਲਤ ਪਾ ਲਿਆ ਆਪਾਂ ਅਤੇ ਲਓ ਬਾਈ ਹੁਣ ਮੈਂ ਆਹ ਟਰੈਕਟਰ ਨੂੰ ਲੈ ਕੇ ਜਾਵਾਂ ਆਪਣੇ ਪਿੰਡ ਖੇਤ ਮਤਲਬ ਆਪਣੇ ਕੀ ਕਹਿੰਦੇ ਹੁੰਦੇ ਆ ਸਰਪੰਚ ਕੋਲ ਉਹਨੇ ਆਪਣੇ ਨੂੰ ਕਿਹਾ ਸੀ ਕਿ ਆਹ ਟਰੈਕਟਰ ਲੈ ਕੇ ਆ ਬਾਈ ਅਤੇ ਦੇਖਦੇ ਹਾਂ ਉਹਦੇ ਅੱਗੇ ਮਿਹਨਤਾਂ ਮੁਨਤਾਂ ਕਰਾਂਗੇ ਕਿ ਬਾਈ ਉਹ ਸਾਨੂੰ ਜੇ ਟਰੈਕਟਰ ਦਿੰਦਾ ਜਾਂ ਨਹੀਂ ਬਾਕੀ ਮੁੰਡੇ ਟਰੈਕਟਰ ਨਹੀਂ ਹੈ ਬਾਈ ਫਰਾਰੀ ਆ ਫਰਾਰੀ ਲਾਲ ਫਰਾਰੀ ਦੇਖੋ ਤੁਸੀਂ ਇੰਨੀ ਸਪੀਡ ਵਾਲਾ ਟਰੈਕਟਰ ਨਹੀਂ ਦੇਖਿਆ ਮੈਂ ਕਦੇ ਐਵੇਂ ਤੁਹਾਨੂੰ ਕਹਿਦਾ ਆਪਣਾ 69 ਭੱਜਦਾ ਪਰ ਓਏ ਹੋਏ ਹੋਏ ਆਹ ਟਰਾਲਾ ਦੇਖਿਓ ਇੱਥੇ ਪਰ ਇਹਦੀ ਤਾਂ ਗੱਲਬਾਤ ਹੀ ਅਲੱਗ ਆ ਬਾਈ ਓਏ ਕਿੱਧਰ ਪਾ ਲਿਆ ਮੈਂ ਫਿਰ ਲਓ ਬਾਈ ਫਿਰ ਮੈਂ ਉੱਥੇ ਜਾ ਕੇ ਨਾ ਪਿੰਡ ਜਾ ਕੇ ਤੁਹਾਨੂੰ ਮਿਲਦਾ ਅਤੇ ਲਓ ਬਾਈ ਕਰਦੇ ਕਰਾਉਂਦੇ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਪਿੰਡ ਮਤਲਬ ਸਰਪੰਚ ਦੀ ਕੋਠੀ ਕੋਲ ਸਰਪੰਚ ਦੇ ਘਰ ਜਿਹੜਾ ਪੁਰਾਣਾ ਘਰ ਸੀ ਜੇ ਤੁਹਾਨੂੰ ਪਤਾ ਹੀ ਆ ਅਤੇ ਆਪਣੇ ਪਿੰਡ 'ਚ ਦੇਖੋ ਬਾਈ ਕੀ ਹਾਲ ਹੋਇਆ ਪਿਆ ਮੀਂਹ ਨੇ ਬੁਰਾ ਹਾਲ ਕੀਤਾ ਪਿਆ ਸ਼ਹਿਰ ਵਿੱਚ ਹਜੇ ਫਿਰ ਵੀ ਮੌਸਮ ਸਹੀ ਸੀ ਪਰ ਆਹ ਮੀਂਹ 'ਚ ਚਲਾਉਣ ਦਾ ਵੀ ਸਵਾਦ ਹੀ ਆ ਬਾਈ ਆ ਟਰੈਕਟਰ ਦਾ ਤੁਸੀਂ ਦੇਖੋ ਤਾਂ ਸਹੀ ਹੋਏ ਕੋਈ ਨਾ ਇੱਥੇ ਆਪਾਂ ਮਾੜੀ ਕਿ ਨਾ ਧੁੱਕੀ ਜੀ ਪੱਟ ਕੇ ਦੇਖਦੇ ਹਾਂ ਟਰੈਕਟਰ ਨਾਲ ਮਤਲਬ ਕਿੰਨੀ ਕੁ ਜਾਨ ਹੈ ਟਰੈਕਟਰ 'ਚ ਪਤਾ ਲੱਗੇ ਅਤੇ ਫਿਰ ਜਾਂਦੇ ਆਪਾਂ ਸਿੱਧਾ ਘਰ ਪਰ ਸਿਰਾ ਮੁੰਡੇ ਟਰੈਕਟਰ 'ਚ ਤਾਂ ਹੈਗੀ ਆ ਗੱਲਬਾਤ ਬਾਈ ਜਿੰਨੇ ਵੀ ਆ ਟਰੈਕਟਰ ਦੇ ਫੈਨ ਮੁੰਡੇ ਮਹਿੰਦਰਾ ਆਪਣੇ ਵਾਲਿਆਂ ਦੇ ਆ ਨੋਵੋ ਦੇ ਤਾਂ ਇੱਕ ਵਾਰੀ ਕਮੈਂਟ ਜ਼ਰੂਰ ਲਿਖੋ ਅਤੇ ਆਹ ਟਰੈਕਟਰ ਦੇ ਵਿਚਾਰ ਦਿਓ ਬਾਈ ਕਿੱਦਾਂ ਲੱਗਦਾ ਤੁਹਾਨੂੰ ਟਰੈਕਟਰ ਅਤੇ ਲਓ ਆਪਾਂ ਜ਼ਿਆਦਾ ਗੰਦ ਨਹੀਂ ਪਾਉਣਾ ਹੁਣ ਆਪਾਂ ਪਹੁੰਚ ਚੁੱਕੇ ਹਾਂ ਇੱਥੇ ਟਰੈਕਟਰ ਦੀ ਸਪੀਡ ਟਰੈਕਟਰ ਦੀ ਬਾਡੀ ਸਿਰਾ ਹੀ ਆ ਮੁੰਡੇ ਸਿਰਾ ਬੱਲੇ 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 ਉਹ ਕਿੱਧਰ ਗਏ ਸਾਰੇ ਕਿੱਧਰ ਚਲੇ ਗਏ ਬਾਈ ਉਹ ਬੱਲੇ ਇੱਕ ਜਹਾਜ਼ ਹੋਰ ਲਿਆਂਦਾ ਬਾਈ ਆਪਾਂ ਦੂਜਾ ਜਹਾਜ਼ ਲੈ ਕੇ ਗਏ ਸੀ ਇਹਨਾਂ ਨੇ ਇੱਕ ਜਹਾਜ਼ ਹੋਰ ਲਿਆਂਦਾ ਸ਼ਾਬਾਸ਼ ਓਏ ਹੋਏ 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 ਨਹੀਂ ਰੀਸਾਂ ਬਾਈ ਨਹੀਂ ਰੀਸਾਂ ਇਹਨੂੰ ਇੱਥੇ ਲਾਉਂਦੇ ਆਪਾਂ ਟਰੈਕਟਰ ਨੂੰ ਗੱਲਬਾਤ ਐਂਡ ਬਾਈ ਐਂਡ ਗੱਲਬਾਤ ਆ ਟਰੈਕਟਰ ਦੀ ਐਂਡ ਜਿਹਨੂੰ ਕਹਿੰਦੇ ਹੁੰਦੇ ਆ ਐਂਡ ਕਰਾਤਾ ਬਾਈ ਐਂਡ ਵੈਰੀ ਨਾਈਸ ਯਾਰ ਅਤੇ ਲਓ ਬਾਈ ਆਹ ਆਪਾਂ ਟਰੈਕਟਰ ਨੂੰ ਇੱਥੇ ਲਾਉਂਦੇ ਹਾਂ ਪਰ ਉਹ ਬੰਦੇ ਮੈਨੂੰ ਲੱਗਦਾ ਚਲੇ ਗਏ ਆ ਨਹੀਂ ਅੰਦਰ ਹੀ ਲਾ ਦਿੰਦੇ ਹਾਂ ਫਿਰ ਕਹਿਣਗੇ ਬਾਈ ਸਾਡਾ ਟਰੈਕਟਰ ਖੁੱਲ੍ਹੇ ਚਲਾਤਾ ਇਹਨੂੰ ਅੰਦਰ ਹੀ ਲਾ ਦਿੰਦੇ ਹਾਂ ਅਤੇ ਆਪਾਂ ਦੇਖਦੇ ਹਾਂ ਕੀ ਬਣਦਾ ਇੱਥੇ ਆ ਬਾਲਟੀ ਪਾਸੇ ਕਰ ਲਓ ਇਹ ਮੁਰਗੀ ਮਾਰਨਾ ਚਾਹੋ ਆਹ ਦੇਖੋ ਬਾਈ ਟਰੈਕਟਰ ਨੂੰ ਆਪਾਂ ਅੰਦਰ ਲਾ ਦਿੰਦੇ ਹਾਂ ਅਤੇ ਇੱਥੇ ਮੈਨੂੰ ਲੱਗਦਾ ਬੰਦੇ ਚਲੇ ਗਏ ਇੱਧਰ ਦੇਖਦੇ ਹਾਂ ਜੇ ਬਾਈ ਆਬੂ ਆ ਖੜਾ ਉਹ ਤੋਂ ਪੁੱਛਦੇ ਹਾਂ ਕਿੱਧਰ ਚਲਾ ਗਿਆ ਸਰਪੰਚ ਅਤੇ ਉਹਨੂੰ ਕਹਿ ਦਿਓ ਬਾਈ ਕਿ ਆਪਾਂ ਟਰੈਕਟਰ ਉਹਦਾ ਲਿਆਤਾ ਬਾਕੀ ਪੁੱਛਦੇ ਹਾਂ ਅੱਜ ਦੇਖਦੇ ਹਾਂ ਬਾਈ ਆ ਜਾਓ ਬਾਈ ਦੇਖਦੇ ਹਾਂ ਕੀ ਬਣਦਾ ਜੇ ਇੱਥੇ ਕੋਈ ਹੋਇਆ ਉਹ ਬੱਲੇ ਬੱਲੇ ਆ ਕੀ ਕੌਣ ਓਏ ਹੋਏ ਹੋਏ ਕੀ ਕਰੀ ਜਾਂਦੇ ਸੀ ਤੁਸੀਂ
ਆ ਦੇਖ ਆ ਦੇਖ ਭਾਈ ਕਾਲਾ ਗੋਰੀ ਨਾਲ ਬੱਲੇ 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 ਨਹੀਂ ਰਹੀ ਸਾ ਗੋਰੀ ਦੇ ਸਿਕਸ ਪੈਕ ਤਾਂ ਦੇਖੋ ਬੱਲੇ ਚਲੋ ਇਹ ਤਾਂ ਪੁੱਛਦੇ ਆ ਕੀ ਕਹਿੰਦਾ ਬਾਈ ਤੇ ਲਓ ਬਾਈ ਇਹਨੇ ਕਹਿਤਾ ਉਹ ਸਰਪੰਚ ਤਾਂ ਬਾਈ ਚਲਾ ਗਿਆ ਆਪਣੇ ਹਵੇਲੀ 'ਚ ਕਿਉਂਕਿ ਮੀਂਹ ਵਾਲਾ ਮੌਸਮ ਬੜਾ ਖਰਾਬ ਹੋ ਗਿਆ ਸੀ ਅਤੇ ਆ ਚੂਹਾ ਏ ਬੱਲੇ 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 ਅਤੇ ਆਪਾਂ ਵੀ ਇੱਥੇ ਹਲਕੇ ਹੋ ਕੇ ਬਾਈ ਜਾਂਦੇ ਹਾਂ ਫਿਰ ਆਪਣੇ ਘਰ ਨੂੰ ਅਤੇ ਆਪਣਾ ਨਾਂਹ ਨਗਾਰਾ ਪਤਾ ਨਹੀਂ ਕਿੱਧਰ ਚਲਾ ਗਿਆ ਅਤੇ ਇਹਦਾ ਕੰਮ ਤਾਂ ਆਪਾਂ ਕਰਤਾ ਅਤੇ ਹੁਣ ਦੇਖਦੇ ਹਾਂ ਬਾਈ ਅਤੇ ਨਹੀਂ ਤਾਂ ਫਿਰ ਆਪਾਂ ਸਿੱਧਾ ਉਹਦੇ ਘਰ ਹੀ ਜਾ ਵੜਾਂਗੇ ਆਪਣੇ ਕੀ ਨਾਂ ਹੈ ਉਹਦਾ ਸਰਪੰਚ ਦੇ ਅਤੇ ਉਹਨੂੰ ਕਹਿ ਦਾਂਗੇ ਬਾਈ ਹੁਣ ਤੇਰਾ ਟਰੈਕਟਰ ਤਾਂ ਲਿਆਤਾ ਹੁਣ ਦੱਸ ਕੀ ਮਤਲਬ ਕੀ ਕਰੇਗਾ ਟਰੈਕਟਰ ਨਾਲ ਅਤੇ ਮੈਂ ਬਾਈ ਜਾਂਦਾ ਗੁਸਲਖਾਨੇ 'ਚ ਮਤਲਬ ਸਮਝ ਹੀ ਗਏ ਤੁਸੀਂ ਕਿੱਥੇ ਅਤੇ ਜੇ ਆਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਮੁੰਡੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਮਿਲਦੇ ਹਾਂ ਫਿਰ ਆਪਾਂ ਅਗਲੇ ਐਪੀਸੋਡ 'ਚ ਪੁੱਛਦੇ ਹਾਂ ਕੀ ਕਰਨਾ ਉਹ ਟਰੈਕਟਰ ਦਾ ਕੀ ਨਹੀਂ ਅਤੇ ਫਿਰ ਉਨੀ ਦੇਰ ਬਾਈ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਰੱਬ ਰਾਖਾ ਜੀ।